ਵਾਰਵੀ ਸਿੱਧੂ ਸਾਹਿਬ ਮਾਫੀਆ ਦੇ ਖਿਲਾਫ ਹੋਉਂਦਾ ਹੈ। ਇਮਾਨਦਾਰੀ ਦੀ ਗੱਲ ਕਰਦਾ ਹੈ। ਉਹਦਾ ਏਜੰਡਾ ਹੈ ਬੇਅਦਬੀ ਦੀ ਗੱਲ ਕਰਦਾ ਹੈ ਤੇ ਉਹ ਗੱਲਸ ਬੋਲਦਾ ਹੈ। ਪ੍ਰਧਾਨ ਪ੍ਰਧਾਨ ਹੈ। ਇਹ ਕਾਂਗਰਸੀ ਦੀ ਸਰਕਾਰ ਹੈ ਤਾਂ ਪ੍ਰਧਾਨ ਦੀ ਵੀ ਗੱਲਾਂ ਸੁਣੋ। ਫਿਰ ਕਿਹਾ ਜ਼ਰੂਰੀ ਕਿ ਕੈਪਟਨ ਨੂੰ ਬਦਲਣਾ ਜੇ ਉਸੇ ਤਰ੍ਹਾਂ ਸਿਸਟਮ ਚੱਲਣਾ ਹੈ। ਅਰ ਸ਼ਰੂਕਾਸ਼ ਮੁੱਖ ਮੰਤਰੀ ਹੋਵੇ। ਵਜੀਫੇ ਤੇ ਵੀ ਪਰਦਾ ਪੈਂਦਾ ਹੋਵੇ। ਗੈਰ ਕਾਨੂੰਨੀ ਡਿਸਟ੍ਰੀਆਂ ਦੇ ਮਾਲਕਾਂ ਨੂੰ ਨਾ ਫੜਿਆ ਜਾਂਦਾ ਹੋਵੇ ਇਹਦਾ ਮਤਲਬ ਦਹਾਸੇ ਵਿੱਚ ਘਾੜਾ ਆਇਆ ਕੁਛ ਲੋ ਇੱਕ ਸ਼ੈਡਿਊਲ ਕਾਸਟ ਚੀਫ ਮਿਨਿਸਟਰ ਹੁੰਦੇ ਆ ਇਹ ਸ਼ਰਗੂ ਕਾਸਟ ਦਾ ਸਕਾਲਰਸ਼ਿਪ 114 ਮਲੇ ਦੋ ਕੁਛ ਅੰਨੇ ਹੋ ਗਏ ਤੇ ਡਿਗਰੀਆਂ ਫੇਲ ਹੋ ਗਈਆਂ ਇਹ ਇਹ ਕਿਹਾ ਇਨਸਾਨੀ ਤੇ ਜੜੀਵਾਲ ਸਾਹਿਬ ਨੇ ਜੜੀ ਆਪ ਪਾਰਟੀ ਜਿਨ੍ਹਾਂ ਨੇ ਖੜੀ ਕੀਤੀ ਜਿਨ੍ਹਾਂ ਨੇ ਆਪਣਾ ਖੂਨ ਪਸੀਨਾ ਬਹਾਇਆ ਉਹ ਸਭ ਨੇ ਸ਼ੰਟ ਆਊਟ ਕਰ ਦਿੱਤੇ ਪਾਰਟੀ ਦੇ ਚੰਗੇ ਬੰਦੇ ਲਿਆਓ ਇਹ ਮਾਫੀਆ ਤੋਂ ਫੈੜਾ ਛਡਾਓ ਜਿਹੜੇ ਐਂਟਰ ਕਰਦੇ ਉਹ 12ਾਂ ਚ ਕਰਗੇ ਕੁਝ ਸਾਰਾ ਚ ਕਰਗੇ ਚਮਸ਼ੀਰ ਸਿੰਘ ਦੁੱਲੋ ਸਰ ਇਸ ਵੇਲੇ ਸਾਡੇ ਨਾਲ ਮੌਜੂਦ ਹੈ ਉਹਨਾਂ ਨੇ ਬੋਲਿਆ 100 ਦਿਨ ਦੀ ਸਰਕਾਰ ਦੇਖੀ ਤੇ ਅੱਜ ਉਹ ਇੱਥੇ ਪਹੁੰਚੇ ਨੇ ਸਰ ਤੁਸੀਂ ਬੋਲਿਆ 100 ਦਿਨ ਮੈਂ ਦੇਖਿਆ ਤੇ ਅੱਜ ਮੈਂ ਸਾਹਮਣੇ ਆਇਆ ਕੀ ਲੱਗਦਾ ਤੁਸੀਂ ਸਕਾਲਰਸ਼ਿਪ ਦੀ ਗੱਲ ਚੁੱਕੀ ਹੈ ਤੁਸੀਂ ਬਲੇਟਰ ਤੱਕ ਲਿਖਿਆ ਬੋਲ ਰਹੇ ਕਿ ਚੀਜ਼ਾਂ ਹੋਣੀ ਚਾਹੀਦੀ ਹੈ ਦੇਖੋ ਮੈਂ ਸਰਕਾਰ ਬਦਲੀ ਮਾਫੀਆ ਦੇ ਖਿਲਾਫ ਦਿੱਲੀ ਵਾਲਿਆਂ ਨੇ ਐਕਸ਼ਨ ਲਿਆ ਕੋਈ ਵੰਦਨਾਮ ਹੋ ਰਹੀ ਸੀ ਕੈਪਟਨ ਫਿਰ ਕਿਆ ਜ਼ਰੂਰਤ ਸੀ ਕੈਪਟਨ ਨੂੰ ਬਦਲਣਾ ਜੇ ਉਸੇ ਤਰ੍ਹਾਂ ਸਿਸਟਮ ਚੱਲਣਾ ਹੈ ਕਿਆ ਜ਼ਰੂਰਤ ਸੀ ਜੇ ਉਹੀ mafia ਕੋਈ ਤੁਸੀਂ ਸਕਾਲਰਸ਼ਿਪ ਦੇ ਖਿਲਾਫ ਐਕਸ਼ਨ ਨਹੀਂ ਲੈਣਾ ਕੋਈ ਜਿਹੜੀਆਂ ਗੈਰ ਕਾਨੂੰਨੀ ਰੈਸਟਰੀਆਂ ਚੱਲਦੀਆਂ ਉਹਨਾਂ ਦੇ ਮਾਲਕਾਂ ਦੇ ਖਿਲਾਫ ਕੋਈ ਕਾਬੂ ਰਾਜ ਨਹੀਂ ਕਰਨੀ ਉਹਨਾਂ ਦੇ ਖਿਲਾਫ ਕੋਈ ਕਾਰੋਬਾਰ ਚੱਕੇ ਜਿਹੜੇ ਵਿਚਾਰੇ ਗਰੀਬ ਮਜ਼ਦੂਰ ਤੇ ਉਹਨਾਂ ਦੇ ਪਰਚਾ ਪਾਸ ਆ ਇਹਨਾਂ ਨੂੰ ਚਾਹੀਦਾ ਸੀ ਪੀਆਈ ਨੂੰ ਇਨਕੁਆਰੀ ਦੇਣ ਮੈਂ ਮੰਗਦਾ ਰਿਆਂ ਮੈਂ ਗਵਰਨਰ ਨੂੰ ਵੀ ਮਰਮਲ ਨਾਮ ਦਿੱਤਾ ਸੀ ਕਿ ਸੀਬੀਏ ਦੀ ਇਨਕੁਆਰੀ ਸਕਾਲਰਸ਼ਿਪ ਦੀ ਔਰ ਜਿਹੜੇ ਇਲੀਗਲ ਡਿਸਟ੍ਰੀਕਟ ਦੀਆਂ 224 ਦੇ ਕਰੀਬ ਬੰਦੇ ਮਰੇ ਨੇ ਔਰ ਉਹਲੇ ਜ ਗਰੀਬ ਨੇ ਔਰ 114 ਸ਼ਡੂਲ ਕਾਸਟ ਨੇ ਔਰ ਸ਼ਡੂਲ ਕਾਸਟ ਨੂੰ ਕੋਮੰਟਰੀ ਹੋਵੇ ਵਜੀਫੇ ਤੇ ਵੀ ਪੜਦਾ ਪੈਂਦਾ ਹੋਵੇ ਗੈਰ ਕਾਨੂੰਨੀ ਡਿਸਟ੍ਰੀਕਟਾਂ ਦੇ ਮਾਲਕਾਂ ਨੂੰ ਨਾ ਫੜਿਆ ਜਾਂਦਾ ਹੋਵੇ ਇਜਾਬਾ ਤੋਂ ਦਾਜਲੇ ਵੀ ਤੋਂ ਕਾਲਾ ਪੁੱਛ ਕਿ ਕਿੱਥੇ ਮੰਨਦੇ ਹੋ ਕਿਸ ਤਰੀਕੇ ਦੇ ਨਾਲ ਆਲ ਇਜ਼ ਵੈਲ ਕਾਂਗਰਸ ਵਿੱਚ ਦਿਖਾਇਆ ਜਾਂਦਾ ਹੈ ਸਭ ਕੁਝ ਹੁੰਦਾ ਹੈ ਕੀ ਲੱਗਦਾ ਹੈ ਤੁਹਾਨੂੰ ਕੀ ਸਭ ਇਕਜੁੱਟ ਹੋ ਕੇ 2022 ਚੋਣਾਂ ਦੇ ਵਿੱਚ ਜਿੱਤ ਹਾਸਲ ਕਰ ਕੋ ਕਿ ਆਪਸੀ ਚੀਜ਼ਾਂ ਖਤਮ ਹੀ ਨਹੀਂ ਹੋ ਰਹੀਆਂ ਹਰ ਕਿਸੇ ਦਾ ਵੱਖ-ਵੱਖ ਬਿਆਨ ਸਾਹਮਣੇ ਸਟੇਜ ਦੇ ਉੱਪਰ ਨਵਜੋਤ ਸਿੰਘ ਸਿੱਧੂ ਵੱਖ ਗੱਲ ਬੋਲਦੇ ਨੇ ਸੀਐਮ ਚੰਨੀ ਅਲਾ ਗੱਲ ਬੋਲ ਨਰਿੰਦ ਆਵਾਜੀ ਅਲੱਗ ਆਜਤਿਰਨ ਆਵਾਜੀ ਨੇ ਨਹੀਂ ਵੀ ਗੱਲ ਬੋਲੀ ਹੈ ਕਿ ਜਦੋਂ ਉਹਨਤੇ ਸਵਾਲ ਨਵਜੋਤ ਸਿੰਘ ਸਿੱਧੂ ਬਾਰੇ ਪੁੱਛਿਆ ਗਿਆ ਕਿ ਕੀ ਉਹ ਜੋ ਲਗਾਤਾਰ ਆਪਣੀ ਸਰਕਾਰ ਦੇ ਉੱਪਰ ਸਵਾਲ ਖੜੇ ਕਰ ਰਹ ਬੈਠ ਕੇ ਵਾਚ ਕਰ ਤੁਸੀਂ ਬੋਲੇ ਮੈਂ ਵਾਚ ਕਰ ਰਿਹਾ ਹਾਂ ਕਿਸੇ ਨੂੰ ਸਵਾਲ ਹੈ ਵੀ ਸਿੱਧੂ ਸਾਹ ਮਾਫੀਆ ਦੇ ਖਿਲਾਫ ਬੋਲਦਾ ਹੈ ਇਮਾਨਦਾਰੀ ਦੀ ਗੱਲ ਕਰਦਾ ਹੈ ਉਹਦਾ ਏਜੰਡਾ ਹੈ ਬੇਅਦਬੀ ਦੀ ਗੱਲ ਕਰਦਾ ਹੈ ਕਿਉਂ ਗਲਤ ਬੋਲਦਾ ਪ੍ਰਧਾਨ ਪ੍ਰਧਾਨ ਹੈ ਜੇ ਕਾਂਗਰਸ ਦੀ ਸਰਕਾਰ ਹੈ ਤਾਂ ਪ੍ਰਧਾਨ ਦੀ ਵੀ ਗੱਲਾਂ ਸੁਣੋ ਕਿਉਂ ਨਹੀਂ ਸੁਣਦੇ ਪੰਜਾਬ ਗਵਰਨਮੈਂਟ ਕਿਉਂ ਨਹੀਂ ਉੱਤੇ ਐਕਸ਼ਨ ਲੈਂਦੀ ਸਿੱਧੂ ਜੇ ਕਹਿ ਰਿਹਾ ਹੈ ਉਹਦੇ ਤੇ ਕਿਉਂ ਨਹੀਂ ਐਕਸ਼ਨ ਲੈਂਦੀ ਕਾਂਗਰਸ ਦਾ ਪ੍ਰਧਾਨ ਹੈ ਜੈ ਭਗਤ ਉਹਨੂੰ ਵੀ ਉਹਨੂੰ ਵੀ ਦਿੱਲੀ ਹਾਈ ਕਮਾਂਡ ਨੇ ਬਣਾਇਆ ਹੈ ਕਹਿੰਨੇ ਆ ਕਾਂਗਰਸੀ ਸਰਕਾਰ ਹੈ ਕਾਂਗਰਸ ਦੇ ਪ੍ਰਧਾਨ ਦੀ ਵੀ ਗੱਲ ਸੁਣੋ ਗਲਤ ਨਹੀਂ ਕਹਿ ਰਿਹਾ ਜੇ ਗਲਤ ਕਰਨ ਕੋਈ ਕਹਿੰਦਾ ਤਾਂ ਨਾ ਕਰਨ ਕੋਈ ਨਹੀਂ ਸੁਣ ਰਿਹਾ ਸੀਐਮ ਚੰਨੀ ਨਹੀਂ ਸੁਣ ਰਿਹਾ ਕੋਈ ਨਹੀਂ ਸੁਣ ਰਿਹਾ ਉਹਨਾਂ ਦੀ ਗੱਲ ਕਿਉਂਕਿ ਲਗਾਤਾਰ ਜਿਸ ਤਰੀਕੇ ਦੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਸਭ ਚੀਜ਼ਾਂ ਉਸ ਤਰੀਕੇ ਦੇ ਨਾਲ ਹੋਈਆਂ ਹੈ ਤੇ ਸਿੱਧੂ ਤੇ ਉਹ ਬਿਆਨ ਦਿੰਦੇ ਨੇ ਮੈਂ ਵੀ ਪ੍ਰੈਜ਼ੀਡੈਂਟ ਰਿਹਾ ਹਾਂ ਜੀ ਸਰ ਹਾਂਜੀ ਮੈਂ ਵੀ ਪ੍ਰੈਜ਼ੀਡੈਂਟ ਮੈਂ ਕੈਪਟਨ ਸਾਹਿਬ ਨੂੰ ਮੇਰੇ ਹੁੰਦੇ ਨਾ ਮਾਫੀਆ ਜੰਮਿਆ ਸੀ ਨਾਇਜ਼ ਦစ္ਸ਼ਣ ਦੀ ਗੈਰ ਕਾਨੂੰਨੀ ਨਹੀਂ ਸੀ ਨਾ ਸਮਗਧਨ ਹੁੰਦੀ ਸੀ ਮੇਰੀ ਮਿਲਰੀ ਪਾਕਿਸਤਾਨੀ ਤੀ ਬਿਲਕੁਲ ਵੀ ਕਿਉਂਕਿ ਇੱਕ ਸੇਧੂਆ ਮੰਨਦਾਰੀ ਦੇ ਤੌਰ ਤੇ ਜੇ ਜਾਣਿਆ ਜਾਂਦਾ ਹੈ ਕਿ ਇਮਾਨਦਾਰ ਹੈ ਔਰ mafia ਦੇ ਖਿਲਾਫ ਹੋ ਰਿਹਾ ਹੈ ਜੇ ਪ੍ਰਧਾਨ ਕੋਈ ਚੰਗੀ ਗੱਲ ਕਰਦਾ ਹੈ ਸਰਕਾਰ ਨੂੰ ਉਹ ਗੱਲਾਂ ਮੰਨਣੀਆਂ ਚਾਹੀਦੀਆਂ ਸ਼ਨੀਵਾਰ ਨੂੰ ਪ੍ਰੈਸ ਕਾਨਫਰੰਸ ਕਰਕੇ ਸਾਫ਼ ਕਹਿੰਦੇ ਨੇ ਕਿ ਹਰ ਚੀਜ਼ ਕੀਤੀ ਜਾ ਰਹੀ ਹੈ 100 ਦਿਨਾਂ ਦਾ ਰਿਪੋਰਟ ਕਾਰਡ ਪੇਸ਼ ਕੀਤਾ ਰੇਤ mafia ਦੇ ਗੱਲ ਕੀਤੀ ਕੇਵਲ ਉਹਨਾਂ ਨੇ ਬੋਲੇ ਕਿ ਹਾਂ ਸੀ ਕੰਮ ਕਰ ਰਿਹਾ ਬਰਗਾੜੀ ਦੇ ਮੁੱਦੇ ਤੇ ਉਹ ਪਤਨ ਨੇ STF ਦੀ ਵੀ ਗੱਲ ਕੀਤੀ ਕਿ ਕੋਰਟ ਨੇ ਖਿਲਤਾ ਸੀ FIR ਦਰਜ ਕੀਤੀ ਕਿ ਚੀਜ਼ਾਂ ਪ੍ਰੋਸੈਸ ਦੇ ਵਿੱਚ ਹੈ ਮੈਂ ਇਹ ਕਿਹਾ ਉਹਦੇ ਏਜੰਡੇ ਤੇ ਨਹੀਂ ਹੈ 124 ਬੰਦੇ ਮਰੇ 114 ਅਸੀਂ ਲੋਕਾਸਟ ਨੇ ਡਿਸੀਡੀਆਂ ਬਗੈਰ ਬਾਗ ਬਗੈਰ ਕਲੋਨੀ ਨੇ ਕਿਹਾ ਸੀਐਮ ਦੇ ਏਜੰਡੇ ਏਜੰਡੇ ਚ ਨਹੀਂ ਇਹ ਸਕਾਲਰਸ਼ਿਪਸ ਕਾਇਮ ਹੋਦੇ ਅਜੰਡੇ ਤੇ ਨਹੀਂ ਹੈ ਜਿਹਦੇ ਚਾਟਰ ਨਾ 10 ਲੱਖ ਦਾ ਪਿਛਲੇ 10 12 ਸਾਲ ਚ ਬੱਚਿਆਂ ਦੀ ਜ਼ਿੰਦਗੀ ਤਬਾਹ ਹੋਈ ਹੈ ਕੋਈ ਕੋਈ ਕ੍ਰਿਮਨਲ ਬਣਿਆ ਕੋਈ ਖੁਦਕੁਸ਼ੀ ਕਰ ਗਿਆ ਕੋਈ ਉਹਨਾਂ ਨੂੰ ਨੌਕਰੀਆਂ ਨਹੀਂ ਮੀਆਂ ਡਿਗਰੀਆਂ ਰੋਕਤੀਆਂ ਆਦੋ ਵਿਚਾਲੇ ਛੜਤਾ ਇਹ ਤਾਂ ਰਿਪੋਰਟਰ ਨੇ ਮੀਡੀਆ ਨੇ ਦਿੱਤੀਆਂ ਇਹ ਕੀ ਹੈ ਇੱਕ ਸ਼ੈਡਿਊਲ ਕਾਸਟ ਚੀਫ ਮਿਨਿਸਟਰ ਹੁੰਦੇ ਆ ਇਹ ਸ਼ਰਗੂਰ ਕਾਸਟ ਦਾ ਸਕਾਲਰਸ਼ਿਪ 114 ਮਲੇ ਦੋ ਕੁਛ ਅੰਨੇ ਹੋ ਗਏ ਕਿਡਨੀਆਂ ਫੇਲ ਹੋ ਗਈਆਂ ਏ ਇਹ ਕਿਆ ਅਨਸਾਨੀ ਤੇ ਇਹ 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 ਅਜੰਡੇ ਤੇ ਨਹੀਂ ਸਰਕਾਰ ਦੇ 마ਫੀਆ ਦਾ ਇੱਕ ਮੈਂ ਪਿੱਛੇ ਵੀ ਸੁਣੀ ਆਪਤਾ ਹੋ ਗਿਆ ਕਿ ਮੈਂ ਜਿਹੜੇ ਨਸ਼ੇ ਦੇ ਸੌਦਾਗਰਾਂ ਉਹਨਾਂ ਦੇ ਖਿਲਾਫ ਮੈਂ ਕਾਰਵਾਈ ਕੀਤੀ ਮੈਨੂੰ ਇਹ ਜੇ ਨਸ਼ੇ ਦੇ ਖਿਲਾਫ ਨੇ ਇਹ ਜਿਹੜੇ ਇੰਡਸਟਰੀਆਂ ਦੇ ਮਾਲਕ ਐ ਇਹ ਫੜ ਕੇ ਅੰਦਰ ਦੇ ਉਹਨਾਂ ਦੀਆਂ ਫੋਟੋਆਂ ਲੋਕਾਂ ਤੱਕ ਪਹੁੰਚਾਉਣ ਸਕਾਲਰਸ਼ਿਪ ਵਾਲਾ ਸਕਾਲਰਸ਼ਿਪ ਕੌਣ ਹੈ ਇਨਵਾਲਡ ਜਿਹੜੇ ਅਫਸਰਾਂ ਇਨਵਾਲਡ ਮੈਂ ਜਿਹੜੇ ਪੋਲੀਟੀਕਲ ਲੋਗ ਹਨ ਵਾਲਮਾ ਜਿਨ੍ਹਾਂ ਨੇ ਪੈਸਾ ਖਾਦਾ ਚਾਹੇ ਛੋਟਾ ਚਾਹੇ ਬੜਾ ਕਿਉਂ ਨਹੀਂ ਉਹਦਾ ਖਲਾਫ ਇਲੈਕਸ਼ਨ ਹੁੰਦਾ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਕਹਿ ਰਹੇ ਨੇ ਅਸੀਂ ਕਾਰਵਾਈ ਕਰੀ ਐਫ ਆਈ ਆਰ ਦਰਜ ਹੋਈ ਹੈ ਲੇਕਿਨ ਹੁਣ ਤੱਕ ਉਹ ਪਕੜੇ ਨਹੀਂ ਗਏ ਕਿੱਥੇ ਕਮੀ ਮੰਨਦੇ ਕਿ ਇੱਕ ਪੰਜਾਬ ਪੁਲਿਸ ਜਾਂ ਏਜੰਸੀਆਂ ਹੁਣ ਤੱਕ ਇੱਕ ਨੇਤਾ ਨੂੰ ਨਹੀਂ ਫੜ ਸਕੀ ਕਿਵੇਂ ਤੁਹਾਨੂੰ ਲੱਗਦਾ ਹੈ ਦੇਖੋ ਮੈਂ ਮਜੀਠੀਆ ইস্যੂ ਤੇ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਕਿਉਂਕਿ ਸਬਜੂਕਟ ਮੈਟਰ ਹੈ ਹਾਈ ਕੋਰਟ ਚ ਪਿਆ ਹੈ ਮੈਂ ਉਹਦੇ ਬਾਰੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਕਾਪ ਐਡਵੋਕੇਸ਼ਨ ਹੈ ਮੈਂ ਵੀ ਪ੍ਰੈਕਟਿਸ ਕਰਦਾ ਨੇ ਕ੍ਰਿਮੀਨਲ ਇਸ ਕਰਕੇ ਮੈਂ ਅਜੇ ਕੋਈ ਕਮੈਂਟ ਨਹੀਂ ਕਰਨੇ ਇਸ ਵਾਮਲੇ ਤੇ ਕੀ ਲੱਗਦਾ ਪੰਜਾਬ ਦੇ ਵਿੱਚ ਅਗਰ ਕੇਜਰੀਵਾਲ ਵੀ ਲਗਾਤਾਰ ਆ ਕੇ ਦਾਅਵੇ-ਵਾਦੇ ਕਰ ਰਿਹਾ ਹੈ ਲੇਕਿਨ ਸਰਕਾਰਾਂ ਸਭ ਵਕ-ਵਕ ਦਾਅਵੇ-ਵਾਦੇ ਕਰ ਰਹੀ ਹੈ ਲੱਗਦਾ ਹੈ ਕਿ ਜਿਸ ਤਰੀਕੇ ਨਾਲ ਇਹ ਦਾਅਵਿਆਂ ਦੀ ਜੋ ਇਸ ਸਮੇਂ ਚੱਲ ਰਹੀ ਹੈ ਕਿਉਂਕਿ ਰਾਜਨੀਤਿਕ ਆਪਾਂ ਕਿਹਾ ਜਾ ਸਕਦਾ ਹੈ ਕਿ ਲੋਕਾਮੂਰੇ ਆ ਕੇ ਬੋਲਦੇ ਨੇ ਅਸੀਂ ਇਹ ਫ੍ਰੀ ਕਰਾਂਗੇ ਅਸੀਂ ਉਹ ਫ੍ਰੀ ਸਾਰੀ ਸਰਕਾਰਾਂ ਕਰ ਰਹੀਆਂ ਲੱਗਦਾ ਇਹ ਚੀਜ਼ਾਂ ਹੋ ਸਕਦੀਆਂ ਦੇਖੋ ਆਜ਼ਾਦਿਆਂ ਸਿੱਤਾ ਝੜੀ ਲੱਗੀ ਪਈ ਐ ਸਾਰੀਆਂ ਪਾਰਟੀਆਂ ਵਾਲੇ ਦਾਅਵਿਆਂ ਦੀ ਝੜੀ ਲਾਗੇ ਜਦ ਹੋਣਗੇ ਫਿਰ ਪਤਾ ਲੱਗੂਗਾ ਪਰ ਲੋਕ ਦੇਖਣਗੇ ਉਹਦੇ ਬਾਰੇ ਇਸ ਤਰ੍ਹਾਂ ਕਿਉਂਕਿ ਇਲੈਕਸ਼ਨ ਯਰ ਆਇਆ ਇਲੈਕਸ਼ਨ ਹੋਣ ਵਾਲੇ ਨੇ ਹੁਣ ਤਾਂ ਖੁੱਲਾ ਉਹਨਾਂ ਨੇ ਕਿਹਾ ਵੀ ਐਲਾਨ ਹੋ ਰਹੇ ਨੇ ਐਲਾਨ ਕਰ ਰਹੇ ਨੇ ਕੇਜਰੀਵਾਲ ਪਹਿਲਾਂ ਦਿੱਲੀ ਚ ਕਰ ਲਵੇ ਜਿਹੜੇ ਸਕੀਮਾਂ ਇੱਥੇ ਲਾਗੂ ਕੀਤੀਆਂ ਉਸੇ ਤਾਂ ਉਹਨੇ ਕੀਤੀਆਂ ਨਹੀਂ ਉਸੇ ਕਰੇ ਲਾਗੂ ਫੇਰ ਪੰਜਾਬ ਚ ਨਾਲੇ ਕੇਜਰੀਵਾਲ ਨੂੰ ਪੰਜਾਬ ਦੇ ਲੋਕਾਂ ਦਾ ਕਲਚਰ ਦਾ ਜੇ ਪਤਾ ਨਹੀਂ ਲੱਗਿਆ ਅੱਜ ਵੀ ਉਹ ਸਾਬ ਦੇਖਦੀਆਂ ਚੰਗੇ ਚੰਗੇ ਲੀਡਰ ਸਾਬ ਨੇ ਨਾਲੋਂ ਭਜਾਤੇ ਜਿਹੜਿਆਂ ਨੇ ਕੇਜਰੀਵਾਲ ਸਾਹਿਬ ਨੇ ਜਿਹੜੀ ਆਪ ਪਾਰਟੀ ਜਿਨ੍ਹਾਂ ਨੇ ਖੜੀ ਕੀਤੀ ਜਿਨ੍ਹਾਂ ਨੇ ਆਪਣਾ ਖੂਨ ਪਸੀਨਾ ਬਹਾਇਆ ਉਹ ਤਾਂ ਉਹਨੇ ਸ਼ੰਟ ਆਊਟ ਕਰਤੇ ਹੁਣ ਤਾਂ ਆਲੇ ਨਾਲਾ ਟਰੈਕਟਰ ਬਣ ਕੇ ਕੰਮ ਕਰ ਰਿਹਾ ਡੈਮੋਕਰੇਟ ਨਹੀਂ ਆਇਆ ਉਹ ਕੇਜਰੀਵਾਲ ਨਾਲੇ ਪੰਜਾਬ ਹੈ ਪੰਜਾਬੀ ਉਹਨੂੰ ਪੰਜਾਬੀ ਦਾ ਹਿੱਤ ਕੀ ਹੈ ਉਹ ਤਾਂ ਬਣਾ ਕੇ ਆ ਵੀ ਠੀਕ ਹੈ ਆਪਰਾ ਬਿਜ਼ਨਸ ਉੱਤੇ ਤੌਰ ਤੇ ਆ ਰਿਹਾ ਹੈ ਔਰ ਤੁਸੀਂ ਦੇਖੋਗੇ ਲੋਕਾਂ ਨੂੰ ਜਦੋਂ ਬਾਪ ਪਊਗਾ ਫਿਰ ਪਤਾ ਲੱਗੇਗਾ ਤੁਸੀਂ ਕਈ ਮੁੱਖ ਮੰਤਰੀ ਆਪਣੇ ਸਾਹਮਣੇ ਬੰਦੇ ਦੇਖੇ ਕਈ ਬਨੇ ਕਈ ਆਏ ਕਈ ਗਏ ਕੀ ਲੱਗਦਾ ਹੈ ਕਿ ਬਦਲਾਅ ਕੇ ਮੈਂ ਤੁਸੀਂ ਲੱਗਦਾ ਹੈ ਕਿ ਹੁਣ ਜੋ ਕਿ ਲਗਾਤਾਰ ਇਹ ਕਿਹਾ ਜਾ ਰਿਹਾ ਕਿ ਕੰਮ ਹੋ ਰਿਹਾ ਕੰਮ ਹੋ ਰਿਹਾ ਲੱਗਦਾ ਹੈ ਹੋ ਰਿਹਾ ਦੇਖੋ ਬਦਲਾਅ ਹੋਣਾ ਇਹ ਤਾਂ ਨੇਚਰ ਦਾ ਰੂਲ ਹੈ ਬਦਲਾਅ ਹੁੰਦਾ ਰਹਿੰਦਾ ਹੈ ਪਰ ਪੰਜਾਬ ਦੇ ਲੋਕਾਂ ਨੂੰ ਜ਼ਰੂਰ ਚਾਹੀਦਾ ਚੰਗੇ ਬੰਦੇ ਚੁਣਨ ਇਹ ਪਾਰਟੀਆਂ ਗਲਤ ਬੰਦਿਆਂ ਨੂੰ ਟਿਕਟਾਂ ਦਿੰਦੀਆਂ ਮਾਫੀਆ ਨੂੰ ਦਿੰਦੀ ਹੈ ਸਮਗਲਰ ਨੂੰ ਦਿੰਦੀਆਂ ਨੇ ਯਾਕਰ ਆਪ ਕ੍ਰਾਈਮਨਲ ਨੂੰ ਦਿੰਦੀ ਹੈ ਗੈਗਸਟਰ ਰਾਜ ਬੈਕਗ੍ਰਾਉਂਡ ਵਾਲੇ ਨੇ ਇਹ ਬੈਕਗ੍ਰਾਉਂਡ ਔਰ ਜਿਹੜੇ ਇਹਨਾਂ ਲੋਕਾਂ ਤੋਂ ਪੰਜਾਬ ਦੇ ਲੋਕ ਹੀ ਬਚਾ ਸਕਦੇ ਆ ਹੁਣ ਤਾਂ ਪ੍ਰੋਫੈਸ਼ਨ ਬਣਦਾ ਜਾ ਰਿਹਾ ਹੈ ਸਿਆਸਤ ਬਿਜ਼ਨਸ ਪੈਸਾ ਕਮਾਉ ਲਈ ਇਸ ਲਈ ਕੋਰੋਨਾ ਲਾਉਂਦੇ ਨੇ ਕੋਰੋਨਾ ਖਰਚ ਦਿੰਦੇ ਨੇ ਲੋਕਾਂ ਨੂੰ ਵੀ ਕ੍ਰਾਪਟ ਕਰ ਦਿਆ ਪੰਜਾਬ ਦੇ ਲੋਕਾਂ ਨੂੰ ਬਚਣਾ ਚਾਹੀਦਾ ਚੰਗੇ ਲੋਕ ਲਿਆਉਣ ਜੇ ਪੰਜਾਬ ਦਾ ਭਲਾ ਚਾਹੁੰਦੀ ਹੈ ਮਾੜੇ ਲੋਕਾਂ ਤੋਂ ਖਹਿੜਾ ਛਡਾਓ ਮੈਂ ਵੀ ਆਪਣੀ ਪਾਰਟੀ ਨੂੰ ਮੈਂ ਕਿਉਂ ਬੋਲਦਾ ਵੀ ਪਾਰਟੀ 'ਚ ਚੰਗੇ ਬੰਦੇ ਲਿਆਓ ਇਹ mafias ਤੋਂ ਖਹਿੜਾ ਛਡਾਓ ਜਿਹੜੇ ਐਂਟਰ ਕਰਕੇ ਕੋ 12 'ਚ ਕਰਕੇ ਕੋ 17 'ਚ ਕਰਕੇ ਕਾਂਗਰਸ ਦੀ ਇਹ ਸ਼ਾਸਤਰੀ ਦੀ ਕਾਂਗਰਸ ਹੈ ਇਹ ਨਹਿਰੂ ਦੀ ਇੰਦਰਾ ਦੀ ਕਾਂਗਰਸ ਹੈ ਇਸ ਕਾਂਗਰਸ ਦੇ ਵਿੱਚ ਉਸ ਕਲਚਰ ਜਿਹੜੇ ਅੱਜ ਕਲਰ ਦੀਆਂ ਗੱਲਾਂ ਕਰਦੇ ਨੇ ਆਪ ਹੀ ਨਹੀਂ ਉਸ ਕਲਚਰ ਚਾਹਣਗੇ ਪਾਰਟੀ ਤੋਂ ਛੱਡ ਕੇ ਕਈ ਨਾਮ ਜਾ ਰਹੇ ਨੇ ਜਿਸ ਤਰੀਕੇ ਨਾਲ ਰਾਣਾ ਸੋਟੀ ਦੀ ਗੱਲ ਕੀਤੀ ਜਾਵੇ ਕੈਪਟਨ ਅਮਰਿੰਦਰ ਗਾਇ ਤੇ ਨਾਲ ਦੇ ਨਰਨੂਢੀ ਜ਼ਾਹਰ ਰਹੀ ਬੜੇ ক্লোਜ਼ ਬੰਨੇ ਜਾਂਦੇ ਸੀ ਫਤੇਜੰਗ ਵਾਜਵਾ ਵੀ ਗਏ ਕਈ ਨਾਮ ਗਏ ਕੀ ਲੱਗਦਾ ਹੈ ਉਹ ਕਹ ਰਹੇ ਨੇ ਕਿ ਪਾਰਟੀਆਂ ਦੇ ਵਿੱਚ ਮਤਲਬ ਉਹ ਚੀਜ਼ ਨਹੀਂ ਰਹੀ ਹੈ ਮੰਨਦੇ ਹੋ ਤੁਸੀਂ ਕਿਹਾ ਤਾਂ ਦੇਖੋ ਮੈਡਮ ਆਪਣੀ ਆਪਣੀ ਕੌਂਸ਼ੀਅਸ ਹੈ ਹਰ ਬੰਦੇ ਦੀ ਆਪਣੀ ਕੌਂਸ਼ੀਅਸ ਹੈ ਲੋਕਾਂ ਨੂੰ ਲਾਲਚ ਪਿਆ ਹੋਇਆ ਹੈ ਪੋਲਿਟੀਕਲ ਪਾਰਟੀਆਂ ਨੂੰ ਵੀ ਕੋ ਡਰਦੇ ਡਰਦੇ ਜਾ ਰਹੇ ਨੇ ਹੈ ਜੀ ਈਡੀ ਦਾ ਡਰ ਹੈ ਕਈਆਂ ਨੂੰ ਤਾਂ ਹਾਂ ਜੀ ਜਿਹਨੇ ਗਲਤ ਕੰਮ ਕਰਨਾ ਉਹਨੂੰ ਡਾਰੂਗਾ ਜਿਹਨੇ ਸਹੀ ਕੰਮ ਕਰਨਾ ਉਹਨੂੰ ਕਾਹਦਾ ਡਾਰਾ ਜੇ ਸੇਵਾ ਕਰਨੀ ਹੈ ਪਾਰਟੀ ਚ ਤਾਂ ਹੁਣ ਆਇਆ ਗਿਆ ਹੈ ਰਾਮਾ ਮੈਨੂੰ ਦੱਸੋ ਕਿਹੜੀ ਪਾਰਟੀ ਹੈ ਅਜਿਹੇ ਆਪੜੇ ਰੌਲਾ ਪਾਉਂਦੇ ਨੇ ਇਹਨਾਂ ਨੇ ਵੀ ਭਾਸ ਭਾਲ ਦੇ ਬੰਦੇ ਇਕੱਠੇ ਕੀਤੇ ਨੇ ਹੈ ਅਕਾਲੀ ਦਲ ਦਾ ਕੀ ਹਾਲ ਹੈ ਭਾਜਪਾ ਦਾ ਕੀ ਹਾਲ ਹੈ ਸਾਡੇ ਵਾਲਾ ਦਾ ਕੀ ਹਾਲ ਹੈ ਸਾਡੇ ਚ ਵੀ ਬਹੁਤ ਦਾ ਬਦਲੂਗਾ ਪੁੱਛੋ ਨਾ ਕੁਝ ਪਰਫੈਸ਼ਨ ਬਣਦਾ ਜਾਏ ਲੋਕਾਂ ਨੂੰ ਸੋਚੂਰ ਸੋਚਣਾ ਚਾਹੀਦਾ ਲੋਕਾਂ ਨੂੰ ਸਰ ਆਖਰੀ ਸਵਾਲ ਹੈ ਕਿ ਲੱਗਦਾ ਹੈ ਜੋ ਮਾਫੀਆ ਦੀ ਗੱਲ ਚੱਲ ਰਹੀ ਹੈ ਲੱਗ ਸਰਕਾਰ ਕਹੇ ਰਹੀ ਸੀ ਹਰ ਮਾਫੀਆ ਖਤਮ ਕੀਤਾ ਹੈ ਖਤਮ ਹੋਇਆ ਜੇ ਮਾਫੀਆ ਖતમ ਹੁੰਦਾ ਤਾਂ ਮੈਂ ਆ ਕਹੂੰਗਾ ਜੇ ਤੁਹਾਨੂੰ ਕਾਨੂੰ ਮਿਲਦਾ ਮਾਫੀਆ ਤਾਂ ਮੈਂ ਇਹ ਕਹਿਣਾ ਹੈ ਆ ਜਿਹੜਾ ਜਿਨ੍ਹਾਂ ਨੇ ਬੱਚਿਆਂ ਦੀ ਜ਼ਿੰਦਗੀ ਤਬਾਹ ਕੀਤੀ ਹੈ ਜਿਨ੍ਹਾਂ ਨੇ ਜ਼ਹਿਰੀਲੀ ਸ਼ਰਾਬਾਂ ਪਲਾਈਆਂ ਹੈ ਐ ਜਿਹੜੇ ਬੰਦਿਆਂ ਨੇ ਉਹਨਾਂ ਨੂੰ ਬਿਜਲੀ ਦੇ ਅਫਸਰਾਂ ਨੇ ਕਨੈਕਸ਼ਨ ਦਿੱਤੇ ਨੇ ਉਸ ਸਮੇਂ ਦਾ ਐਸਐਸਪੀ ਉਸ ਸਮੇਂ ਦਾ ਡੀਜੀਪੀ ਉਹ ਪੋਲੀਟੀਕਲ ਲੋਗ ਜਿਨ੍ਹਾਂ ਦੀ ਛਤਰਛਾਇਆ ਹੇ ਸਦੇ ਡਿਸਟ੍ਰਿਕਟੀਆਂ ਚੱਲਦੀਆਂ ਸੀ ਐ ਮਨਿਸਟਰ ਹੈ ਚਾਹੇ ਐਮਐਲਏ ਹੈ ਉਹਨਾਂ ਦੇ ਖਿਲਾਫ ਕਾਰਵਾਈ ਕਰੇ ਮੁੱਖ ਮੰਤਰੀ ਨਹੀਂ ਚਾਹੀਦਾ ਆਪਣੀ ਸ਼ਭੀ ਚੰਗੀ ਬਣਾਵੇ ਲੋਕਾਂ ਦਾ ਸਧਾਰਨ ਮੁੱਖ ਮੰਤਰੀ ਬਣ ਕੇ ਆਇਆ ਹੈ ਲੋਕਾਂ 'ਚ ਦਿਖਾਵੇ ਕਿ ਮੈਂ ਮਾਫੀ ਦੇ ਖਿਲਾਫ ਹਾਂ ਐਕਸ਼ਨ ਲਵੇ ਲੈਣਾ ਚਾਹੀਦਾ ਉਹਨੂੰ ਤੋ ਸਰਕਾਰ ਨੂੰ ਜ਼ਰੂਰ ਐਕਸ਼ਨ ਲੈਣਾ ਚਾਹੀਦਾ ਹੈ ਮੰਗ ਕੀਤੀ ਚਲਈ ਸਾਡੇ ਨਾਲ ਗੱਲ ਕਰਨ ਦੇ ਲਈ ਢੁੱਲੂ ਸਰ ਕੈਮਰਾਮੈਨ ਰਮਨਿਤ ਦਿਨ ਅਲਮਨਪ੍ਰੀਤ ਕਰਜਾ ਨਾ ਸਪੋਕਸਪੀਨਰ ਸੰਢੀਕਰ